ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਖਬਰ, ਯੂਰਪ ਅਤੇ ਏਸ਼ੀਆ ਵਿੱਚ ਗਿਰਾਵਟ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਸਟਾਕ ਬਾਜ਼ਾਰ ਵਿੱਚ ਗਿਰਾਵਟ ਆਈ ਹੈ ਕਿਉਂਕਿ ਇਹ ਡਰ ਵੱਧ ਗਿਆ ਕਿ ਅਮਰੀਕੀ ਆਰਥਿਕਤਾ ਮੰਦੀ ਵੱਲ ਵੱਧ ਰਹੀ ਹੈ। ਟੈਕਨੋਲੋਜੀ ਭਾਰੀ ਨੈਸਡੈਕਸ ਸੂਚਾਂਕ ਪਿਛਲੇ ਹਫ਼ਤੇ ਦੇ ਅੰਤ ਵਿੱਚ ਇੱਕ ਤਿੱਖੀ ਗਿਰਾਵਟ ਤੋਂ ਬਾਅਦ 6.3% ਘੱਟ ਖੁੱਲ੍ਹਿਆ, ਪਰ ਦਿਨ ਦੇ ਦੌਰਾਨ ਇਸ ਦੀ ਘਾਟ ਨੂੰ ਕੁਝ ਹੱਦ ਤੱਕ ਪਾਰ ਕਰ ਦਿੱਤਾ ਗਿਆ। ਦੂਜੇ ਮੁੱਖ US ਸੂਚਾਂਕ ਵੀ ਠੀਕ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਡਿੱਗ ਗਏ, ਜਦੋਂ ਕਿ ਯੂਰਪ ਅਤੇ ਏਸ਼ੀਆ ਦੇ ਸਟਾਕ ਬਾਜ਼ਾਰ ਜਾਪਾਨ ਦੇ ਨਿਕਾਏ 225 ਦੇ ਨਾਲ ਕੁਝ 12.4% ਨਾਲ ਹੇਠਾਂ ਡਿੱਗ ਗਏ। ਇਹ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਕਮਜ਼ੋਰ ਨੌਕਰੀਆਂ ਦੇ ਅੰਕੜਿਆਂ ਤੋਂ ਬਾਅਦ ਆਇਆ ਅਤੇ ਜਿਸ ਨੇ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਾਰੇ ਚਿੰਤਾਵਾਂ ਨੂੰ ਜਨਮ ਦਿੱਤਾ। ਇਹਦੇ ਨਾਲ ਹੀ US ਫੈਡਰਲ ਰਿਜ਼ਰਵ ਅਤੇ ਪਿਛਲੇ ਹਫ਼ਤੇ ਵਿਆਜ ਦਰਾਂ ਵਿੱਚ ਕਟੌਤੀ ਨੂੰ ਰੋਕ ਦਿੱਤਾ, ਕੁਝ ਅਜਿਹਾ ਜੋ ਆਮ ਤੌਰ 'ਤੇ ਵਿਕਾਸ ਨੂੰ ਵਧਾਉਂਦਾ। ਦੂਜੇ ਕੇਂਦਰੀ ਬੈਂਕ ਜਿਵੇਂ ਬੈਂਕ ਆਫ ਇੰਗਲੈਂਡ ਦੇ ਉਲਟ, ਅਤੇ ਇਹ ਚਿੰਤਾ ਹੈ ਕਿ ਵੱਡੀ ਟੈਕਨੋਲੋਜੀ ਕੰਪਨੀਆਂ ਦੇ ਸ਼ੇਅਰ, ਖਾਸ ਤੌਰ 'ਤੇ ਆਰਟੀਫਿਸ਼ਲ ਇੰਟੈਲੀਜੈਂਸ ਵਿੱਚ ਨਿਵੇਸ਼ ਕਰਨ ਵਾਲੇ ਸ਼ੇਅਰ ਬਹੁਤ ਜ਼ਿਆਦਾ ਸਨ ਅਤੇ ਹੁਣ ਸੁਧਾਰ ਦਾ ਸਾਹਮਣਾ ਕਰ ਰਹੇ ਨੇ। ਚਿਪ ਮੇਕਰ ਇੰਟਲ ਨੇ ਪਿਛਲੇ ਹਫ਼ਤੇ ਵੱਡੀ ਛਾਂਟੀ ਦੇ ਨਾਲ ਨਾਲ ਨਿਰਾਸ਼ਾਜਨਕ ਵਿੱਤੀ ਨਤੀਜਿਆਂ ਦੀ ਘੋਸ਼ਣਾ ਕੀਤੀ ਅਤੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਦਾ ਵਿਰੋਧੀ NVIDIA ਜੋ AI ਚਿਪ ਬਣਾਉਂਦਾ ਹੈ ਇਸ ਦੇ ਨਵੀਨਤਮ ਉਤਪਾਦ ਲਾਂਚ ਵਿੱਚ ਦੇਰੀ ਕਰੇਗਾ। ਡਾਓ ਜੋਸ ਸੂਚਾਂਕ, ਜਿਸ ਵਿੱਚ ਅਮਰੀਕਾ ਦੀਆਂ 30 ਸਭ ਤੋਂ ਵੱਡੀਆਂ ਸੂਚੀਬੱਧ ਕੰਪਨੀਆਂ ਸ਼ਾਮਲ ਨੇ, ਆਪਣੇ ਘਾਟੇ ਨੂੰ ਘੱਟ ਕਰਨ ਦੇ ਨਾਲ 2.2% ਹੇਠਾਂ ਸੀ, ਜਦੋਂ ਕਿ ਤਕਨੀਕੀ ਭਾਰੀ ਨੈਸਡੇਕ 2.8% ਘੱਟ ਅਤੇ S&P 500 ਤੇ 2.4% ਹੇਠਾਂ ਡਿੱਗ ਗਿਆ। ਵੱਡੇ ਪੱਧਰ ਦੇ ਤਕਨੀਕੀ ਸਟਾਕਾਂ ਦੇ ਸ਼ੇਅਰਾਂ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਸੀ, ਪਰ ਲਾਲ ਰੰਗ ਵਿੱਚ ਹੀ ਸ਼ੇਅਰ ਰਿਹਾ। NVIDIA 5.4% ਹੇਠਾਂ ਅਤੇ ਐਮਾਜ਼ੋਨ 3.8% ਅਤੇ ਐਪਲ 4.5% ਹੇਠਾਂ ਆ ਚੁੱਕਿਆ। ਯੂਰਪ ਵਿੱਚ ਪੈਰਿਸ ਦੇ ਅੰਦਰ CAC 40 ਨੇ ਪਹਿਲਾਂ ਘਾਟੇ ਦੇ ਨਾਲ ਘਾਟਾ ਦਿੱਤਾ, ਪਰ ਅਜੇ ਵੀ 1.4% ਘੱਟ ਵਪਾਰ ਕਰ ਰਿਹਾ ਸੀ, ਜਦੋਂ ਕਿ ਫਰੈਂਕਫਰਟ ਦਾ DAX ਅਤੇ UK ਦਾ FTSE 100 ਲਗਭਗ 2% ਹੇਠ ਹੈ। ਅਮਰੀਕੀ ਆਰਥਿਕਤਾ ਬਾਰੇ ਜੋ ਵੱਡਾ ਸ਼ੱਕ ਹੈ ਇਸ ਵਿੱਚ ਅਮਰੀਕਾ ਤੋਂ ਉਮੀਦ ਨਾਲੋਂ ਕਮਜ਼ੋਰ ਨੌਕਰੀਆਂ ਅੰਕੜੇ ਨੇ ਇਸ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈ। ਇਸ ਦੀ ਅਰਧ ਵਿਵਸਥਾ ਹੌਲੀ ਹੋ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਬਾਜ਼ਾਰ ਵਿੱਚ ਸ਼ੁਰੂਆਤ ਹੋਈ। ਜੁਲਾਈ ਵਿੱਚ USA ਰੁਜ਼ਗਾਰਦਾਤਾਵਾਂ ਨੇ 1,14,000 ਭੂਮਿਕਾ ਜੋੜੀਆਂ, ਜੋ ਉਮੀਦ ਨਾਲੋਂ ਬਹੁਤ ਘੱਟ ਨੇ, ਜਦੋਂ ਕਿ ਬੇਰੁਜ਼ਗਾਰੀ ਦਰ 4.1% ਅਤੇ 4.3% ਵੱਧ ਗਈ ਹੈ। ਅੰਕੜਿਆਂ ਦੀਆਂ ਚਿੰਤਾਵਾਂ ਨੇ ਵਧਾਇਆ ਕਿ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਨੌਕਰੀਆਂ ਦੇ ਉਛਾਲ ਖਤਮ ਹੋ ਸਕਦਾ ਹੈ। ਇਸ ਨੇ ਇਸ ਬਾਰੇ ਕਿਆਸ ਰਿਆਈਆਂ ਨੂੰ ਵਧਾ ਦਿੱਤਾ। ਫੈਡਰਲ ਰਿਜ਼ਰਵ ਬੈਂਕ ਵਿਆਜ ਦਰਾਂ ਨੂੰ ਕਦੋਂ ਘਟਾਵੇਗਾ, ਇਹ ਵੀ ਇੱਕ ਵੱਡਾ ਸਵਾਲ ਹੈ। ਸਾਈਮਨ ਫ੍ਰੈਂਚ ਮੁੱਖ ਅਰਥਸ਼ਾਸਤਰੀ ਨੇ, ਜਿੱਥੇ ਪੈਨਮੋਰ ਲਿਬਰਮ ਦੀ ਖੋਜ ਦੇ ਮੁਖੀ ਨੇ ਕਿਹਾ ਹੈ ਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਕਿ ਜੁਲਾਈ ਵਿੱਚ ਸੰਯੁਕਤ ਰਾਜ ਦੀ ਖਾੜੀ ਤੱਟ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਸ਼੍ਰੇਣੀ ਦੇ 5 ਤੂਫਾਨ ਹਰੀਕੇਨ ਬੈਰੀਲ ਦੇ ਕਾਰਨ ਨੌਕਰੀਆਂ ਦੇ ਅੰਕੜੇ ਇੱਕ ਵਿਗਾੜ ਸਨ ਜਾਂ ਨਹੀਂ, ਕਿਉਂਕਿ ਇਹ ਪਹਿਲੀ ਨਿਸ਼ਾਨੀ ਸੀ ਕਿ ਕੰਪਨੀਆਂ ਘੱਟ ਕਾਮੇ ਰੱਖ ਰਹੀਆਂ ਸਨ। ਸਭ ਤੋਂ ਤਾਜ਼ਾ ਅੰਕੜਿਆਂ ਨੇ ਦਿਖਾਇਆ ਕਿ US ਦੀ ਆਰਥਿਕਤਾ ਜੂਨ ਦੇ ਅੰਤ ਤੱਕ 3 ਮਹੀਨਿਆਂ ਵਿੱਚ 2.8% ਦੀ ਸ਼ਾਨਦਾਰ
ਸਲਾਨਾ ਦਰ ਵਧੀ ਹੈ ਜੋ ਕਿ ਜ਼ਿਆਦਾਤਰ ਵਿਕਸਿਤ ਦੇਸ਼ਾਂ ਨਾਲੋਂ ਬਹੁਤ ਮਜ਼ਬੂਤ ਹੈ। ਅਤੇ ਉੱਥੇ ਹੀ ਐੱਮ ਐਂਡ ਜੀ ਵੈਲਥ ਦੇ ਮੁੱਖ ਨਿਵੇਸ਼ ਅਧਿਕਾਰੀ ਸ਼ਾਂਤੀ ਕਲੇਮਨ ਨੇ ਬੀ ਸੀ ਸੀ ਨੂੰ ਟੂਡੇ ਪ੍ਰੋਗਰਾਮ ਵਿੱਚ ਇਹ ਦੱਸਿਆ ਕਿ ਮੁਸ਼ਕਿਲ ਕੀ ਹੈ, ਅਮਰੀਕਾ ਮੰਦੀ ਵੱਲ ਵਧੇਗਾ ਜਾਂ ਨਹੀਂ। ਤੁਸੀਂ ਇੱਕ ਸਕਾਰਾਤਮਕ ਕਹਾਣੀ ਬਣਾਉਣ ਲਈ ਸਬੂਤ ਚੁਣ ਸਕਦੇ ਹੋ, ਤੁਸੀਂ ਇੱਕ ਨਕਾਰਾਤਮਕ ਕਹਾਣੀ ਬਣਾਉਣ ਲਈ ਸਬੂਤ ਵੀ ਚੁਣ ਸਕਦੇ ਹੋ, ਉਹਨਾਂ ਨੇ ਆਖਿਆ। ਮੈਨੂੰ ਨਹੀਂ ਲੱਗਦਾ ਕਿ ਇਹ ਵਿਸ਼ਵ ਵਿਆਪੀ ਤੌਰ 'ਤੇ ਇੱਕ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਛੂਤ ਦਾ ਡਰ ਦੇ ਵਿਚਕਾਰ ਯੂ ਐੱਸ ਬਾਜ਼ਾਰਾਂ ਵਿੱਚ ਗਿਰਾਵਟ ਪੱਧਰ ਜਿੱਥੇ ਫੈਲ ਚੁੱਕੀ ਹੈ, ਜਿਵੇਂ ਕਿ ਜਪਾਨ ਵਿੱਚ ਨਿਕੇਈ ਡਿੱਗਿਆ, ਤਾਈਵਾਨ, ਦੱਖਣੀ ਕੋਰੀਆ, ਭਾਰਤ, ਆਸਟ੍ਰੇਲੀਆ, ਹਾਂਗਕਾਂਗ ਅਤੇ ਸ਼ਿੰਘਾਈ ਵਿੱਚ ਸਟਾਕ ਬਾਜ਼ਾਰ ਸੋਮਵਾਰ ਨੂੰ 1.4% ਅਤੇ 8% ਦੇ ਵਿਚਕਾਰ ਡਿੱਗ ਗਏ। ਜਪਾਨ ਦੀਆਂ ਸਮੱਸਿਆਵਾਂ ਇਸ ਦੀ ਮੁਦਰਾ ਯੇਨ, ਜੋ ਪਿਛਲੇ ਹਫ਼ਤੇ ਬੈਂਕ ਆਫ ਜਪਾਨ ਦੁਆਰਾ ਵਿਆਜ ਦਰਾਂ ਵਿੱਚ ਵਾਧਾ ਕਰਨ ਤੋਂ ਬਾਅਦ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤ ਹੋ ਰਹੀਆਂ ਨੇ, ਤੋਂ ਪੈਦਾ ਹੁੰਦੀਆਂ ਨੇ। ਇਸ ਨੇ ਟੋਕੀਓ ਵਿੱਚ ਸਟਾਕ ਬਣਾ ਦਿੱਤਾ ਹੈ ਅਤੇ ਆਮ ਤੌਰ 'ਤੇ ਜਪਾਨੀ ਸਮਾਨ ਵਿਦੇਸ਼ੀ ਨਿਵੇਸ਼ਕਾਂ ਅਤੇ ਖਰੀਦਦਾਰਾਂ ਲਈ ਵਧੇਰੇ ਮਹਿੰਗਾ ਹੈ। ਇਹਦੇ ਨਾਲ ਹੀ ਜਪਾਨ ਵਿੱਚ ਮਹਿੰਗਾਈ ਜੂਨ ਵਿੱਚ ਉਮੀਦ ਨਾਲੋਂ ਵੱਧ ਗਈ ਹੈ। ਆਰਥਿਕਤਾ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ ਸੁੰਗੜ ਗਈ ਸੀ। ਹੁਣ ਵੇਖਣਾ ਹੋਵੇਗਾ ਕਿ ਜੋ ਕਿਆਸ ਜਾਣਕਾਰਾਂ ਵੱਲੋਂ ਲਗਾਏ ਜਾ ਰਹੇ ਨੇ ਇਸ ਦੇ ਵਿੱਚ ਕਿੰਨਾ ਕੁ ਅੱਗੇ ਆਉਣ ਵਾਲੇ ਦਿਨਾਂ 'ਚ ਸੱਚ ਸਾਬਤ ਹੋਵੇਗਾ ਜਾਂ ਫਿਰ ਅਮਰੀਕੀ ਸਟਾਕ ਇਸੇ ਤਰ੍ਹਾਂ ਦਿਨ ਪਰ ਦਿਨ ਥੱਲੇ ਡਿੱਗਦੇ ਜਾਣਗੇ। ਰੇਡੀਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ਵਾਲਾ .com ਦੇ ਨਾਲ।